ਪਟਾਕੇ ਨੇ ਪੱਤਰ ਪਾਏ ਇਹਨੇ ਵਿੱਚ ਆਵੇ ਤੇ ਕੀ ਕੀਤਾ ਅੱਜ। ਓਏ ਹੋਏ ਮੁੰਡਾ ਰੁੱਸ ਪਿਆ, ਰੁੱਸ ਕੀ ਸਿਖਾਉਣ ਡੇ, ਐਵੇਂ ਟਾਹਲੀ ਦੇ ਪੱਤਰ ਪਾਏ ਇਹਨੇ ਵਿੱਚ ਤੇ ਸਵੇਰ ਦਾ ਹੁਣ ਮੂੰਹ ਧੋਣ ਡਿਆ ਵਾਂ ਅਤੇ ਨਾਸ਼ਤਾ ਹੀ ਇਹਨੂੰ ਕਰਨਾ ਮੈਂ ਅਤੇ ਬੜੀ ਗਰਮੀ ਲੱਗੀ ਆ ਅੱਜ ਅਤੇ ਹੁਣ ਮੈਂ ਵੇਖਣਾ ਭਾਈ ਜਾਣੇ ਵੀ ਕੀ ਕਰਦੇ ਨੇ, ਇਹ ਵੀ ਨਹੀਂ ਗਰਮੀ 'ਚ ਬਹਿਣ ਡੇ ਆਰਾਮ ਦੇ ਨਾਲ ਕਿਤੇ। ਬਸ ਸੁਬਹਾ ਕਾ ਟਾਈਮ ਹੈ ਤਾਂ ਬਹੁਤ ਗਰਮੀ ਲੱਗ ਰਹੀ ਆ ਅੱਜ, ਬਹੁਤ ਜੋ ਹੈ ਨਾ ਸੂਰਜ ਕੀ ਤਪਸ਼ ਹੈ ਤਾਂ ਬਹੁਤ ਗਰਮੀ ਪੈ ਰਹੀ ਹੈ। ਉਹ ਦੇਖੋ ਕਿਤਨੀ ਗਰਮੀ ਹੈ, ਗਰਮੀ ਮੈਂ ਬੱਚੇ ਨਹੀਂ ਬੈਠਦੇ, ਮੈਂ ਦਿਖਾ ਦਊਂ ਕਿਆ ਕਰ ਰਹੇ ਹਾਂ। ਦੇਖੋ ਓਏ ਪਾਣੀ ਕਿੱਧਰ ਲੈ ਕੇ ਜਾ ਰਿਹਾ, ਕਿਆ ਕਰਨਾ ਹੈ? ਇਹ ਦੇਖੋ ਇੱਕ ਇਹ ਖੇਡ ਰਿਹਾ ਤਾਂ ਦੂਸਰੇ ਦੋ ਹੋਰ ਹੈ ਸ਼ਰਾਰਤੀ, ਉਹ ਵੀ ਦਿਖਾਤਾ ਹੂੰ, ਉਹ ਵੀ ਸੁਬਹਾ ਸੁਬਹਾ ਇਤਨੀ ਧੂਮ ਮੈਂ ਬੈਠਦੇ ਨਹੀਂ ਹਾਂ ਅਰਮਾਨ ਸੇ। ਜੇ ਓਏ ਆਪ ਲੋਕ ਕਿਆ ਕਰ ਰਹੇ ਹੋਏ? ਇਹ ਬੱਚੇ ਖੇਡ ਰਹੇ ਹਾਂ ਸਾਥ ਮੈਂ, ਇਹ ਦੇਖੋ ਟਾਲੀ ਕੇ ਜੋ ਪੱਤਰ ਹੈ ਨਾ ਵੋ ਇੱਧਰ ਦੀਵਾਰੋਂ ਪੇ ਲਗਾਏ ਹੈ, ਕੇਲੇ ਲਗਾਏ ਹੈ ਤੋ ਵੋ ਜੋ ਕੌਲੀਓ ਮੈਂ ਪੱਤੇ ਪਹਿਨ ਕੇ ਤੋ ਇੱਕ ਯੇ ਆ ਲੈ ਕੇ ਆ ਰਿਹਾ। ਓਏ ਚਲੋ ਉੱਠ ਜਾਓ, ਛੋੜ ਦਿਓ, ਨਹੀਂ ਖੇਡਣਾ ਨਹੀਂ ਹੈ, ਗਰਮੀ ਬਹੁਤ ਹੈ, ਚਲੋ ਚਲੋ ਜਲਦੀ ਕਰੋ। ਬੂਟੇ ਕੇ ਨੀਚੇ ਬੈਠ ਕੇ ਤੋ ਖੇਡਦੇ ਹਾਂ ਛਾਂ ਮੈਂ ਤਿੰਨੋਂ ਬਾਈ। ਓਏ ਕਿੱਥੇ ਚੱਲਾਂ? ਉਹ ਵੇ ਇੱਕ ਐ ਟੀ ਟੀ ਵੇ ਪਾਣੀ ਭਰਨ ਆ ਗਿਆ, ਚੱਲ ਭਰ ਲੈ ਥੋੜ੍ਹਾ ਫਟਾਫਟ, ਸਾਰਾ ਦਿਨ ਇਹੀ ਕੰਮ ਹੈ ਬਸ, ਟੂਟੀਆਂ ਤਾਂ ਪਾਣੀ ਭਰਨਾ ਵੇ ਇਹਨਾਂ ਨੇ। ਯਾਰ ਤਿੰਨ ਮੈਂ ਨਾ ਬਾਈਆ, ਤੂੰ ਫਿਰ ਤੂੰ ਵੀ ਆ ਗਿਆ, ਪਾਣੀ ਧਰ ਕੇ ਤਾਂ ਉੱਥੇ ਪੜ ਲਓ ਹੁਣ ਘੜੀ, ਚਲੋ ਚਲੋ ਦੌੜ ਚਲੋ, ਫੜੋ ਫੜੋ ਚੱਲ ਕੇ ਹੁਣ, ਛੱਡ ਦੇ ਕੰਮ ਨੂੰ, ਚੱਲ ਉੱਠ ਤਾਂ ਗਰਮੀ ਬੜੀ ਜੇ। ਪਟਾਕੇ ਨੇ ਪੱਤਰ ਪਾਏ ਇਹਨੇ ਵਿੱਚ ਆਵੇ ਤਾਂ ਕੀ ਕੀਤਾ ਅੱਜ। ਓਏ ਹੋਏ ਮੁੰਡਾ ਰੁੱਸ ਪਿਆ, ਰੁੱਸ ਪਿਆ, ਰੁੱਸ ਪਿਆ ਸਾਡਾ ਮੁੰਡਾ, ਓਏ ਬੜਾ ਹੀ ਸ਼ਰਾਰਤੀ ਹੈ, ਰੁੱਸ ਪਿਆ, ਇਹਨੂੰ ਛੇੜ ਦਿੱਤਾ ਨਾ ਤਾਂ ਇਹਨੇ ਹੁਣ ਬਸ ਰੋਂਦੇ ਰਹਿਣਾ ਘੰਟਾ ਦੋ, ਇਹਨੇ ਨਹੀਂ ਬਹਿਣਾ ਆਰਾਮ ਦੇ ਨਾਲ। ਮੈਂ ਵੇਖਿਆ ਉਹਦਾ ਪਾਣੀ ਸਾਰੇ ਡੋਲ ਗਿਆ ਵੇ, ਕੀ ਹੋਇਆ ਜੀ? ਹੈਂ ਚੱਲ ਲੈ ਲਾ ਲੈ ਲਾ, ਉਹ ਬੂਟਾ ਲਗਾਇਆ ਤਾਂ ਵੋ ਤੋੜ ਰਹੇ, ਮੁੜ ਜਾ ਮੁੜ ਜਾ ਨਾ, ਛੇੜਦੇ ਕਿੱਦਾਂ ਉਹਨੇ ਹੁਣ ਅੰਦਰ ਵੜ ਕੇ ਤਾਂ ਰੋਂਦਾ ਪਿਆ ਵੇ। ਬੂਆ ਟੋਲਿਆ ਇਹਨੇ, ਖੋਲ ਬੂਆ ਖੋਲ, ਕਿੱਡਾ ਸ਼ਰਾਰਤੀ ਬੱਚਾ ਵੇ, ਰੁੱਸ ਪਿਆ ਤੇ ਹੁਣ ਅੰਦਰ ਵੜ ਕੇ ਤੇ ਰੋਂਦਾ ਪਿਆ ਤੇ ਨਾਲੇ ਗਰਮੀ 'ਚ ਵੜਿਆ, ਉੱਠ ਤਾਂ ਬਾਹਰ ਨਿਕਲ ਜਲਦੀ ਘਰ ਆ ਜਾਓ, ਆ ਜਾਓ 10 ਰੁਪਏ ਦੂੰ, ਆ ਜਾਓ ਜਲਦੀ ਘਰ, 20 ਲੈਣੇ ਆ। ਬੂਆ ਢੋਲ ਹੈ ਇਹਨੇ ਹੁਣ, ਚਲੋ ਤੁਸੀਂ ਵੀ ਜਲਦੀ ਕਰੋ ਜਲਦੀ ਉੱਠ ਪਓ, ਰੋਲੋ ਪਾਣੀ ਭਾਂਡਿਆਂ ਦੇ ਵਿੱਚੋਂ ਜਲਦੀ ਕਰੋ, ਵੇਖ ਭਾਈ ਅੰਦਰੋਂ ਬਾਹਰ ਨਿਕਲੇ ਕਿ ਨਹੀਂ। ਓਏ ਆਰਾਮ ਨਾਲ, ਹੈਂ ਇਹਨੂੰ ਕਿਆ ਬੂਹਾ ਖੋਲ, ਹਾਂ ਪਰ ਹੋ ਐਡੀ ਗਰਮੀ ਆ, ਆ ਜਾ ਮੇਰਾ ਸੋਹਣਾ ਪੁੱਤਰ, ਆ ਜਾ ਆ ਜਾ, ਪੈਸੇ ਦਵਾਂ ਜਲਦੀ ਆ ਜਲਦੀ, ਆ ਜਾ 30 ਰੁਪਏ ਲੈ ਲਿਆ ਬਾਈ ਜਲਦੀ ਕਰ, ਆ ਜਾ ਚਲੋ ਓਏ ਆ ਜਾਓ ਬਾਹਰ ਨਿਕਲੋ। ਵੇਖ ਲੈ ਤੁਸੀਂ ਹੁਣ ਕੀ ਲੱਗੇ ਹੋ ਕਰਨ, ਯਾਰ ਕੀ ਸਿਖਾਉਣ ਡੇ, ਐਵੇਂ ਟਾਹਲੀ ਦੇ ਪੱਤਰ ਪਾਏ ਇਹਨੇ ਵਿੱਚ ਤੇ ਉਹ ਖੇਡਦੇ ਨੇ ਪਏ ਕੌਲੀਆਂ ਦੇ ਵਿੱਚ ਤੇ ਇੰਨੀ ਗਰਮੀ ਦੇ ਵਿੱਚ ਤੁਸੀਂ ਯਾਰ ਇਹ ਕਿਹਾ ਵੇ, ਚਲੋ ਉਹ ਸੁੱਕੇ ਨੇ, ਚਲੋ ਆ ਜਾਓ ਪੜ੍ਹਨਾ ਨਹੀਂ ਜੇ, ਛੱਡੋ ਯਾਰ ਪੜ੍ਹਨਾ ਜੇ, ਉੱਠੋ ਤਾਂ ਆਉਂਦਾ ਉਹ ਅੰਦਰ। ਅੱਛਾ ਅੱਛਾ, ਫਿਰ ਤੂੰ ਇੱਥੇ ਬਹਿ ਰਿਹਾ ਤੇ ਉਹ ਇੱਧਰ ਸਿਖਾਉਂਦਾ ਪਿਆ ਯਾਰ, ਚੱਲ ਤੇ ਅੱਜ ਦਾ ਵਲੌਗ ਸਾਡਾ ਇੱਥੇ ਖਤਮ ਹੁੰਦਾ, ਫਿਰ ਤੁਹਾਨੂੰ ਮਿਲਾਂਗੇ ਨੈਕਸਟ ਨਿਊ ਵਲੌਗ ਤੇ, ਅੱਲਾ ਹਾਫਿਜ਼। ਤੇ ਮੈਂ ਇਹਨਾਂ ਨੂੰ ਜ਼ਰਾ ਜਿਹੜਾ ਨਾ ਸਵਾਲਾਂ ਅਤੇ ਜਾਂ ਫਿਰ ਬਹਿ ਕੇ ਪੜ੍ਹਨ, ਸਾਰਾ ਦਿਨ ਪੈਸੇ ਹੀ ਖਾਂਦੇ ਰਹਿੰਦੇ ਹੋ, ਕੀ ਕਰਨੇ ਜੇ ਪੈਸੇ, ਹੁਣ ਰੋਟੀ ਖਾਧੀ ਜੇ ਨਾ, ਹੈਂ ਕੱਲ੍ਹ ਕਿੰਨੇ ਪੈਸੇ ਖਾਧੇ ਜੇ, ਨਹੀਂ ਕੋਈ ਨਹੀਂ ਝੂਠ ਮਾਰਦੇ ਹੋ ਪੈ।
ਇੰਨੇ ਪੈਸੇ ਦਿੱਤੇ ਨੇ ਤੁਹਾਨੂੰ ਅੰਦਰ ਆਣ ਕੇ ਲੰਮਾ ਪਿਆ ਵਾਂ ਅਤੇ ਮੇਰੇ ਮਗਰ ਹੀ ਦੌੜ ਆਏ ਨੇ ਪੈਸੇ ਲੈਣ। ਜਾਂ ਉਹਨੂੰ ਦੂਸਰੇ ਭਾਈ ਨੂੰ ਵੀ ਲੈ ਕੇ ਆਓ, ਗਾਂਹ ਹੋਵੋ। ਇਹਨਾਂ ਨੂੰ ਮੈਂ ਥੋੜ੍ਹੇ ਪੈਸੇ ਦੇ ਲਾਂ, ਇਹਨਾਂ ਕੋਲ ਜਾਣ ਛਡਾਵਾਂ, ਚੀਜ਼ ਲਿਆਉਣਗੇ ਅਤੇ ਫਿਰ ਇਹਨਾਂ ਆਰਾਮ ਨਾਲ ਬਹਿਣਾ ਮੈਂ। ਇਹ ਵੇਖੋ ਹੁਣ ਮੰਜੀ 'ਤੇ ਬਹਿ ਗਏ ਨੇ ਅਤੇ ਇਹ ਬਸ ਪੈਸੇ ਮੰਗਣ ਡਏ ਨੇ। ਦੇਣਾ ਮੈਂ ਤੁਹਾਨੂੰ ਪੈਸੇ, ਦਸ ਦਸ ਮਿਲਣੇ ਇਹਦੇ। ਇਹਨੂੰ ਫੜ ਹਾਂ ਪਹਿਲਾਂ, ਹੋਏ ਇਹਨੂੰ ਫੜ ਹਾਂ ਪਹਿਲਾਂ, ਪਰਾਂ ਘਰ ਹਾਂ ਤੁਹਾਨੂੰ ਪੈਸੇ ਦੇਵਾਂ ਕੱਢ ਕੇ। ਉਹ ਯਾਰ ਦੇਣਾ ਵਾ ਕੀ ਆ, ਚਲੋ ਯਾਰ ਤੂੰ ਜਾਓ ਲੈ ਚੀਜ਼ ਫੜਾਫਾ ਤੁਸੀਂ ਯਾਰ। ਨਹੀਂ ਵੀ ਉਹ ਵੇਖਿਆ ਫਿਰ ਉਸ ਪਿਆ ਉਹਨੇ ਨਹੀਂ ਲੈਣੇ ਪੈਸੇ, ਚਲੋ ਜਾਓ ਚੀਜ਼ ਲੈ ਆਵੋ ਤੁਸੀਂ। ਮੈਂ ਚੁੱਕਾਂ